ਪਾਸੇ ਇੱਕ ਟੈਸਟੀਮਨੀ ਹੈ ਯੂਐਸਏ ਤੋਂ ਆ ਸਾਡੇ ਕੋਲ ਬ੍ਰਦਰ ਦੀ ਫੋਟੋ ਵੀ ਹੈਗੀ ਆ ਉਹਨਾਂ ਦੀ ਟੈਸਟੀਮਨੀ ਹੈ ਕਹਿੰਦੇ ਕਿ ਉਹਨਾਂ ਦਾ ਨਾਮ ਵਿਕਰਮ ਹੈ ਬ੍ਰਦਰ ਦਾ ਨਾਮ ਵਿਕਰਮ ਆ ਓਕੇ ਔਰ ਇਹਨਾਂ ਦੀ ਟੈਸਟੀਮਨੀ 1.5 ਸਾਲ ਪਹਿਲਾਂ ਯੂਐਸਏ ਆਏ ਸੀਗੇ ਔਰ ਇਹ ਦੱਸਦੇ ਕਿ ਇਹਨਾਂ ਨੂੰ ਕੋਈ ਵੀ ਇਹਨਾਂ ਨੂੰ ਕੰਮ ਨਹੀਂ ਮਿਲਿਆ ਯੂਐਸਏ ਦੇ ਵਿੱਚ ਫਿਰ ਇਹਨਾਂ ਦੀ ਜੌਬ ਲੱਗੀ ਇੱਕ ਗੈਸ ਸਟੇਸ਼ਨ ਦੇ ਉੱਤੇ ਥੋੜ੍ਹਾ ਟਾਈਮ ਇਹਨਾਂ ਨੇ ਉੱਥੇ ਕੰਮ ਕੀਤਾ ਔਰ ਉਸ ਕੰਮ ਨੂੰ ਕਰਨ ਤੋਂ ਬਾਅਦ ਲਾਈਕ ਜਦੋਂ ਕੰਮ ਉੱਥੇ ਕੰਟੀਨਿਊ ਕਰ ਰਹੇ ਸੀਗੇ ਤਾਂ ਇਹਨਾਂ ਦੇ ਜਿਹੜੇ ਓਨਰ ਸੀਗੇ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਹੁਣ ਸਾਡੇ ਕੋਲ ਹੋਰ ਤੇਰੇ ਲਈ ਕੰਮ ਨਹੀਂ ਆ ਤੈਨੂੰ ਕੰਮ ਛੱਡਣਾ ਪੈਣਾ ਇਹ ਕੰਮ ਇਹਨਾਂ ਨੇ ਉਹ ਕੰਮ ਉਹਨਾਂ ਨੂੰ ਛੱਡਣਾ ਪਿਆ ਔਰ ਜਦੋਂ ਇਹਨਾਂ ਨੇ ਕੰਮ ਛੱਡਿਆ ਇਹ ਕਾਫੀ ਸਟ੍ਰੈਸ 'ਚ ਰਹਿਣ ਲੱਗ ਪਏ ਇਹ ਬ੍ਰਦਰ ਵਿਰਾਟ ਦੇ ਫਰੈਂਡ ਆ ਔਰ ਇਹਨਾਂ ਨੇ ਇਹ ਸਾਰੀ ਚੀਜ਼ ਬ੍ਰਦਰ ਵਿਰਾਟ ਨਾਲ ਸ਼ੇਅਰ ਕੀਤੀ ਔਰ ਇਹਨਾਂ ਨੇ ਬ੍ਰਦਰ ਵਿਰਾਟ ਨੇ ਤੁਹਾਡੇ ਕੋਲੋਂ ਪ੍ਰੇਅਰ ਕਰਵਾਈ ਸੀਗੀ ਇਸ ਬ੍ਰਦਰ ਦੇ ਲਈ ਕਿ ਇਸ ਬ੍ਰਦਰ ਨੂੰ ਜੋਬ ਮਿਲੇ ਵੋਇਸ ਮੈਸੇਜ ਉਹਨਾਂ ਨੇ ਇਹਨਾਂ ਨੂੰ ਭੇਜਿਆ ਮੈਨੂੰ ਫਾਰਵਰਡ ਕੀਤਾ ਅੱਛਾ ਹਾਂਜੀ ਇਹਨਾਂ ਨੇ ਦੱਸਿਆ ਕਹਿੰਦੇ ਕਿ ਇਹਨਾਂ ਨੇ ਆਪਣਾ ਵੋਇਸ ਨੋਟ ਤੁਹਾਨੂੰ ਸੈਂਡ ਕੀਤਾ ਔਰ ਤੁਸੀਂ ਇਹਨਾਂ ਦੇ ਲਈ ਪ੍ਰੇਅਰ ਕੀਤੀ ਤੁਸੀਂ ਕਿਹਾ ਕਿ ਸਾਰਾ ਕੁਝ ਹੋ ਜਾਊਗਾ ਔਰ ਇਹ ਦੱਸਦੇ ਕਹਿੰਦੇ ਉਸ ਤੋਂ ਬਾਅਦ ਜਿਹੜੇ ਕੰਮ ਤੋਂ ਉਹਨਾਂ ਨੂੰ ਨਾ ਹੋਈ ਸੀ ਗੱਲ ਹੈ ਕਦੋਂ ਦੀ ਨਵੰਬਰ 8 ਨੂੰ ਆਉਂਦਾ ਓਕੇ ਉਹਨਾਂ ਦਾ ਵੋਇਸ ਮੈਸੇਜ ਆਉਂਦਾ ਉੱਥੇ ਉਹਨਾਂ ਦਾ ਵੋਇਸ ਮੈਸੇਜ ਆ ਆ ਉਹਨਾਂ ਨੇ ਲਿਖਿਆ ਪ੍ਰੇਅਰ ਰਿਕੁਐਸਟ ਭੇਜੀ ਆ ਭਾਜੀ ਨਿਊ ਜਰਸੀ ਰਹਿੰਦੇ ਆ ਫਿਰ ਉਹਨਾਂ ਨੇ ਉਹਨਾਂ ਨੂੰ ਕਹਿ ਦਿੱਤਾ ਕਿ ਤੁਹਾਡਾ ਮੈਸੇਜ ਪਹੁੰਚ ਗਿਆ ਨਾ ਕੰਗਰੈਚੁਲੇਸ਼ਨ ਕੰਮ ਡਨ ਆ ਕੰਗਰੈਚੁਲੇਸ਼ਨ ਐਡਵਾਂਸ ਉਹ ਆਮੀਨ ਭੇਜ ਦੇ ਲੰਬਾ ਜਿਹਾ ਓਕੇ ਦੈਟਸ ਇਟ ਫਿਰ ਕੀ ਹੋਇਆ ਪਾਸੀ ਇਹ ਦੱਸਦੇ ਕਹਿੰਦੇ ਕਿ ਜਿਹੜੀ ਜੌਬ ਦੇ ਵਿੱਚੋਂ ਇਹਨਾਂ ਨੂੰ ਨਾ ਹੋਈ ਸੀਗੀ ਸਾਡੇ ਕੋਲ ਕੰਮ ਨਹੀਂ ਉਹੀ ਜੌਬ ਦੇ ਓਨਰ ਦਾ ਗੈਸ ਸਟੇਸ਼ਨ ਤੋਂ ਫਿਰ ਕਾਲ ਆਉਂਦੀ ਕਿ ਤੂੰ ਵਾਪਸ ਜੌਬ 'ਤੇ ਆ ਸਕਦਾ ਔਰ ਇਹ ਹੁਣ ਕੰਟੀਨਿਊਸਲੀ ਜੌਬ ਦੇ ਉੱਤੇ ਵਾਪਸ ਜਾ ਰਿਹਾ 3 ਦਿਨਾਂ ਦੇ ਵਿੱਚ ਕਹਿੰਦੇ ਆ ਨਾ ਤੇ ਗਿਵ ਹਿਮ ਪ੍ਰੇਜ਼ ਯਾਰ